ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਬੁਲਾਵੈ ਤਿਉਂ ਬੋਲੈ ਸਵਾਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਹਾਜ਼ਰਾ ਹਜ਼ੂਰ, ਜਾਹਰਾ ਜਹੂਰ, ਸਰਬ ਕਲਾ ਭਰਪੂਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹੋ, ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਸਾਮਾਂ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਜੁੜ ਕਰਕੇ ਆਪ ਸਰਬੱਤ ਸੰਗਤਾਂ ਨੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਜੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਉਸ ਦਾ ਸਮਾਂ ਹੋਇਆ ਹੈ, ਜਿਸ ਦੇ ਵਿੱਚ ਪੰਜ ਪੌੜੀਆਂ ਦੀ ਵਿਚਾਰ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਛੇਵੀਂ ਪੌੜੀ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ, ਪ੍ਰਭ ਕੋ ਸਿਮਰਹਿ ਸੇ ਪਾਰ ਉਪਕਾਰੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਸੇ ਪਰ ਉਪਕਾਰੀ। ਅਕਾਲ ਪੁਰਖ ਪਰਮਾਤਮਾ ਉਹਨਾਂ ਨੂੰ ਇਹ ਗੁਣ ਬਖਸ਼ਦਾ ਹੈ ਕਿ ਉਹ ਪਰਾਏ ਦੇ ਉੱਪਰ ਉਪਕਾਰ ਕਰਨ ਦੇ ਵਿੱਚ ਬੜਾ ਪ੍ਰਸੰਨ ਹੁੰਦੇ ਹਨ। ਭਾਵ ਪਰ ਉਪਕਾਰੀ ਵਾਲੀ ਜਿਹੜੀ ਬਿਰਤੀ ਹੈ, ਪਰ ਉਪਕਾਰ ਆਖਦੇ ਹਨ, ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਭੇਦ ਭਾਵ ਤੋਂ, ਬਿਨਾਂ ਕਿਸੇ ਮਤਲਬ ਤੋਂ ਕਿਸੇ ਜ਼ਰੂਰਤਮੰਦ ਦਾ ਕੋਈ ਕਾਜ ਸਵਾਰ ਦੇਣਾ, ਮਨ ਦੇ ਵਿੱਚ ਕੋਈ ਇੱਛਾ ਨਾ ਹੋਣੀ, ਮਨ ਦੇ ਵਿੱਚ ਕੋਈ ਵੀ ਲਾਲਚ ਨਾ ਹੋਣਾ ਅਤੇ ਦੂਸਰੇ ਦਾ ਕਾਰਜ ਸਵਾਰ ਦੇਣਾ, ਐਸੀ ਜਿਹੜੀ ਪਰ ਉਪਕਾਰ ਵਾਲੀ ਬਿਰਤੀ ਹੈ, ਭਾਵ ਪਰਾਏ ਦੇ ਉੱਪਰ ਉਪਕਾਰ ਕਰਨਾ। ਸਤਿਗੁਰੂ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਕਿ ਭਾਈ ਇਹ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਹਨ। ਇੱਥੋਂ ਤੱਕ ਕਿ ਜਿਹੜੇ ਸਿਮਰਨ ਕਰਨ ਵਾਲੇ ਹਨ ਉਹ ਤਾਂ ਵੈਰੀਆਂ ਦੇ ਉੱਪਰ ਵੀ ਪਰ ਉਪਕਾਰ ਕਰ ਦਿੰਦੇ ਹਨ, ਇਸ ਗੱਲ ਦਾ ਇਤਿਹਾਸ ਗਵਾਹ ਹੈ। ਭਾਈ ਕਨ੍ਹੱਈਆ ਜੀ ਦਾ ਜੀਵਨ ਪੜ੍ਹਦੇ ਹਾਂ, ਦੇਖ ਲੈਣਾ ਕਰੋ ਕਿਤਨੇ ਤਕੜੇ ਪਰ ਉਪਕਾਰੀ ਸਿੱਖ ਸਨ ਕਿ ਜਿਹੜੇ ਜੰਗ ਦੇ ਦੌਰਾਨ ਜਾ ਕਰਕੇ ਵੈਰੀਆਂ ਨੂੰ ਵੀ ਪਾਣੀ ਪਿਲਾਉਣ ਦੀ ਸੇਵਾ ਕਰਦੇ ਸਨ। ਇਤਨਾ ਜ਼ਿਆਦਾ ਹਿਰਦੇ ਦੇ ਵਿੱਚ ਪਰ ਉਪਕਾਰ ਕਿ ਜਿੱਥੇ ਸਿੱਖਾਂ ਨੂੰ ਜਲ ਪਿਲਾਉਣ ਦੀ ਸੇਵਾ ਕਰਦੇ ਹਨ, ਜੇ ਕੋਈ ਉਹਨਾਂ ਦੇ ਕੋਲੋਂ ਵੈਰੀ ਜਿਹੜੇ ਵੈਰੀ ਆਣ ਕੇ ਸਿੱਖਾਂ ਨਾਲ ਲੜਦੇ ਹਨ, ਜੇ ਉਹ ਵੀ ਪਾਣੀ ਮੰਗਦੇ ਹਨ ਉਹਨਾਂ ਨੂੰ ਵੀ ਪਾਣੀ ਪਿਲਾ ਦਿੰਦੇ ਹਨ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸ ਭਾਈ ਕਨ੍ਹੱਈਆ ਜੀ ਦੀ ਸ਼ਿਕਾਇਤ ਪਹੁੰਚਦੀ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਅਸੀਂ ਸ਼ਸਤਰ ਹੱਥਾਂ ਦੇ ਵਿੱਚ ਲਾਏ ਕਰਕੇ ਵੈਰੀਆਂ ਨੂੰ ਮਾਰਦੇ ਹਾਂ, ਉਹਨਾਂ ਦੇ ਨਾਲ ਯੁੱਧ ਕਰਦੇ ਹਾਂ, ਅਤੇ ਭਾਈ ਕਨ੍ਹੱਈਆ ਜੀ ਉਹਨਾਂ ਨੂੰ ਪਾਣੀ ਪਿਆ ਕੇ ਫਿਰ ਸਾਡੇ ਬਰਾਬਰ ਖੜ੍ਹੇ ਕਰ ਦਿੰਦੇ ਹਨ। ਭਾਈ ਕਨ੍ਹੱਈਆ ਜੀ ਨੂੰ ਬੁਲਾਇਆ ਗਿਆ। ਭਾਈ ਕਨ੍ਹੱਈਆ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਿ ਸਿੱਖਾਂ ਨੇ ਤੁਹਾਡੀ ਸ਼ਿਕਾਇਤ ਕੀਤੀ ਕਿ ਤੁਸੀਂ ਵੈਰੀਆਂ ਨੂੰ ਪਾਣੀ ਪਿਆਉਂਦੇ ਹੋ, ਅਤੇ ਉਸ ਵੇਲੇ ਭਾਈ ਕਨ੍ਹੱਈਆ ਜੀ ਕਹਿਣ ਲੱਗੇ, ਸਤਿਗੁਰੂ ਸਾਹਿਬ ਮਹਾਰਾਜ ਜੀ ਮੈਨੂੰ ਤਾਂ ਕੋਈ ਵੈਰੀ ਦਿਸਦਾ ਨਹੀਂ, ਮੈਨੂੰ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਉਹਨਾਂ ਦੇ ਵਿੱਚੋਂ ਵੀ ਤੁਸੀਂ ਦਿਸਦੇ ਹੋ। ਭਾਵ ਐਸੀ ਪਰ ਉਪਕਾਰੀ ਬਿਰਤੀ ਕਿ ਵੈਰੀਆਂ ਦੇ ਵਿੱਚ ਵੀ ਪਰਮਾਤਮਾ ਨੂੰ ਦੇਖਣਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਵੇਂ ਭਗਤ ਨਾਮਦੇਵ ਜੀ ਕੁੱਤੇ ਦੇ ਮਗਰ ਭੱਜ ਉੱਠੇ, ਮਾਂ ਘਰ ਦੇ ਵਿੱਚ ਪ੍ਰਸ਼ਾਦੇ ਬਣਾ ਰਹੀ ਸੀ ਨਾ,
ਅਤੇ ਕੁੱਕਰ ਆਇਆ, ਕੁੱਤਾ ਆਇਆ, ਉਹਨੇ ਚੰਗੇਰ ਦੇ ਵਿੱਚੋਂ ਪ੍ਰਸ਼ਾਦਾ ਚੁੱਕਿਆ ਅਤੇ ਪ੍ਰਸ਼ਾਦਾ ਚੁੱਕ ਕਰਕੇ ਜਦੋਂ ਕੁੱਕਰ ਭੱਜਿਆ ਅਤੇ ਭਗਤ ਨਾਮਦੇਵ ਜੀ ਉਹਦੇ ਮਗਰ ਮਗਰ ਘਿਓ ਲੈ ਕਰਕੇ ਭੱਜਦੇ ਹਨ ਅਤੇ ਕਹਿੰਦੇ ਕੁੱਤੇ ਨੇ ਪਛਾਹ ਨੂੰ ਤੱਕਿਆ ਅਤੇ ਜਿਹੜਾ ਪ੍ਰਸ਼ਾਦਾ ਸੀ ਉਹ ਪਿੱਛੇ ਸੁੱਟ ਦਿੱਤਾ ਕਿ ਇੱਕ ਪ੍ਰਸ਼ਾਦਾ ਚੰਗੇਰ ਦੇ ਵਿੱਚੋਂ ਛੁੱਕਿਆ ਸੀ ਉਹਦੇ ਬਦਲੇ ਤੂੰ ਮੇਰੇ ਮਗਰ ਮਗਰ ਭੱਜਿਆ ਆਉਣਾ ਹੈ ਅਤੇ ਦੇਖੋ ਕੈਸੀ ਬਿਰਤੀ ਸੀ। ਭਗਤ ਨਾਮਦੇਵ ਜੀ ਕਹਿਣ ਲੱਗੇ ਇਹ ਬੀਠਲ ਜੀ ਇਹ ਭਗਵਾਨ ਜੀ ਮੈਂ ਇਸ ਕਰਕੇ ਆ ਰਿਹਾ ਸੀ ਕਿ ਇਹ ਜਿਹੜਾ ਪ੍ਰਸ਼ਾਦਾ ਇਹ ਜਿਹੜੀ ਰੋਟੀ ਇਹ ਸੁੱਕੀ ਸੀ ਤੁਸੀਂ ਸੁੱਕੀ ਰੋਟੀ ਖਾਓਗੇ ਕਮ ਸੇ ਕਮ ਘਿਓ ਲਾ ਕੇ ਚੋਪੜ ਕੇ ਅਤੇ ਖਾਓ ਕਹਿਣ ਤੋਂ ਭਾਵ ਕਿ ਪਸ਼ੂਆਂ ਦੇ ਵਿੱਚ ਜਾਨਵਰਾਂ ਦੇ ਵਿੱਚ ਵੀ ਉਹ ਪਰਮਾਤਮਾ ਨੂੰ ਤੱਕਦੇ ਸਨ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਿਆ ਸੀ। ਅਤੇ ਸਤਿਗੁਰ ਸਾਹਿਬ ਮਹਾਰਾਜ ਜੀ ਨੇ ਜਦੋਂ ਭਾਈ ਕਨ੍ਹਈਆ ਜੀ ਦੇ ਨਾਲ ਵਾਰਤਾਲਾਪ ਹੋਈ ਭਾਈ ਕਨ੍ਹਈਆ ਜੀ ਕਹਿਣ ਲੱਗੇ ਸਤਿਗੁਰ ਸਾਹਿਬ ਮਹਾਰਾਜ ਜੀ ਮੈਨੂੰ ਤਾਂ ਵੈਰੀਆਂ ਦੇ ਵਿੱਚੋਂ ਵੀ ਤੁਸੀਂ ਦਿਸਦੇ ਹੋ। ਮੈਂ ਤਾਂ ਸਤਿਗੁਰ ਸਾਹਿਬ ਮਹਾਰਾਜ ਜੀ ਸਾਰਿਆਂ ਦੇ ਵਿੱਚ ਆਪ ਜੀਆਂ ਦੇ ਦਰਸ਼ਨ ਕਰਦਾ ਹਾਂ ਅਤੇ ਆਪ ਜੀਆਂ ਨੂੰ ਹੀ ਜਲ ਛਕਾਉਣ ਦੀ ਸੇਵਾ ਕਰਦਾ ਹਾਂ। ਅਤੇ ਦੇਖ ਲੈਣਾ ਕਰੋ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਨਾਲ ਭਾਈ ਕਨ੍ਹਈਆ ਜੀ ਨੂੰ ਮਲਮ ਅਤੇ ਪੱਟੀ ਵੀ ਬਖਸ਼ੀ ਸੀ ਕਿ ਜਿੱਥੇ ਪਾਣੀ ਪਿਆਉਣ ਦੀ ਸੇਵਾ ਕਰਦੇ ਹੋ ਜੇ ਤੁਹਾਨੂੰ ਕੋਈ ਫੱਟੜ ਕੋਈ ਜ਼ਖਮੀ ਨਜ਼ਰ ਆਵੇ ਤਾਂ ਉਹਦੀ ਮਲਮ ਪੱਟੀ ਵੀ ਕਰ ਦੇਣਾ ਕਿਉਂਕਿ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਅਕਾਲ ਪੁਰਖ ਪਰਮਾਤਮਾ ਉਹਨਾਂ ਨੂੰ ਇਹ ਪਰ ਉਪਕਾਰ ਵਾਲੀ ਜਿਹੜੀ ਬਿਰਤੀ ਹੈ ਐਸੀ ਭਾਵਨਾ ਹੈ ਉਹਨਾਂ ਦੇ ਹਿਰਦੇ ਵਿੱਚ ਪੈਦਾ ਹੁੰਦੀ ਹੈ ਪ੍ਰਭ ਕੋ ਸਿਮਰ ਹੈ ਤਿੰਨ ਸੱਦ ਬਲਿਹਾਰੀ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਅਸੀਂ ਉਹਨਾਂ ਤੋਂ ਸਦਾ ਬਲਿਹਾਰੀ ਤੋਂ ਭਾਵ ਕੇ ਕੁਰਬਾਨ ਜਾਂਦੇ ਹਾਂ। ਹਉ ਕੁਰਬਾਨੇ ਜਾਓ ਤਿੰਨਾਂ ਕਹਿ ਲੈਣ ਜੋ ਤੇਰਾ ਨਾਓ ਲੈਣ ਜੋ ਤੇਰਾ ਨਾਓ ਤਿੰਨ ਕਹਿ ਹਉ ਸੱਦ ਕੁਰਬਾਨੇ ਜਾਓ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ। ਸਤਿਗੁਰੂ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਜਿਹੜੇ ਅਕਾਲ ਪੁਰਖ ਪਰਮਾਤਮਾ ਨੂੰ ਸਿਮਰੇ ਤੋਂ ਭਾਵ ਕੇ ਸਿਮਰਦੇ ਹਨ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦੇ ਹਨ ਪ੍ਰਭ ਕੋ ਸਿਮਰ ਹੈ ਸੇ ਮੁਖ ਸੁਹਾਵੇ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਹਨ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੇ ਮੁਖ ਤੋਂ ਭਾਵ ਜਿਹੜੇ ਮੁਖੜੇ ਹਨ ਉਹ ਸੁਹਾਵੇ ਤੋਂ ਭਾਵ ਕੇ ਸੋਭਨੀਕ ਹਨ ਭਾਵ ਸੋਹਣੇ ਹਨ ਉਹਨਾਂ ਦੇ ਮੁਖੜੇ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦੇ ਹਨ। ਅਤੇ ਇੱਥੋਂ ਤੱਕ ਅਸੀਂ ਗੁਰਬਾਣੀ ਵਿੱਚ ਸਾਹਿਬਾਂ ਦੇ ਬਚਨਾਂ ਨੂੰ ਪੜ੍ਹਦੇ ਹਾਂ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਗੁਰੂ ਦੀ ਨਜ਼ਰ ਦੇ ਵਿੱਚ ਉਹ ਸੁੰਦਰ ਹੈ ਉਹ ਸ੍ਰੇਸ਼ਟ ਹੈ ਕਿਉਂਕਿ ਗੁਰੂ ਪਿਤਾ ਕਿਸੇ ਦਾ ਰੂਪ ਜਾਂ ਰੰਗ ਨਹੀਂ ਦੇਖਦਾ ਕਿ ਇਹ ਬੜਾ ਸੋਹਣਾ ਹੈ ਇਹ ਬੜਾ ਪੜ੍ਹਿਆ ਲਿਖਿਆ ਹੈ ਇਹ ਬੜਾ ਗਿਆਨੀ ਹੈ ਨਹੀਂ ਸਤਿਗੁਰੂ ਸਾਹਿਬ ਮਹਾਰਾਜ ਜੀ ਤਾਂ ਅੰਦਰ ਦੀ ਭਾਵਨਾ ਦੇਖਦੇ ਹਨ ਕਿ ਇਹਦਾ ਅੰਦਰ ਕਿਤਨਾ ਸ਼ੁੱਧ ਹੈ ਇਹਦਾ ਅੰਦਰ ਕਿਤਨਾ ਸੁੰਦਰ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਆਖਦੇ ਹਨ ਕਿ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜਿਹੜੇ ਸਤਸੰਗਤ ਵਿੱਚ ਬੈਠਦੇ ਹਨ ਸਤਸੰਗਤ ਵਿੱਚ ਬੈਠ ਕਰਕੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਅਸਲ ਦੇ ਵਿੱਚ ਸੁੰਦਰ ਹਨ ਪਰ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਨਹੀਂ ਜਪਦੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਗੁਰੂ ਪਿਤਾ ਦੇ ਬਚਨ ਹਨ ਅਤਿ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਕੋਈ ਅੱਤ ਦਾ ਸੁੰਦਰ ਹੋਵੇ ਅੱਤ ਸੁੰਦਰ ਕੁਲੀਨ ਚਤੁਰ ਚੰਗੀ ਕੁੱਲ ਦੇ ਵਿੱਚ ਪੈਦਾ ਹੋਇਆ ਹੋਵੇ ਬੜਾ ਸਿਆਣਾ ਹੋਵੇ ਬੜਾ ਸੂਝਵਾਨ ਹੋਵੇ ਪਰ ਮ੍ਰਿਤਕ ਕਹੀਏ ਨਾਨਕਾ ਕਹਿੰਦੇ ਉਹ ਮਰਿਆਂ ਦੇ ਸਮਾਨ ਹੈ ਜੇ ਪ੍ਰੀਤ ਨਹੀਂ ਭਗਵੰਤ ਜੇ ਪਰਮਾਤਮਾ ਦੇ ਨਾਲ ਪ੍ਰੀਤੀ ਨਹੀਂ ਜੇ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਜੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਪ੍ਰਭ ਕੋ ਸਿਮਰੈ ਸੇ ਮੁੱਖ ਸੁਹਾਵੇ ਕਹਿੰਦੇ ਉਹਨਾਂ ਦੇ ਮੁੱਖ ਸੋਭਨੀਕ ਹਨ ਸੋਹਣੇ ਹਨ ਸੁੰਦਰ ਹਨ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਪ੍ਰਭ ਕੋ ਸਿਮਰ ਹੈ ਤਿੰਨ ਸੂਖ ਬਿਹਾਵੈ।
ते जेड़े अकाल पुरख परमात्मा दा सिमरन करदे हन कहिंदे उहनां दा सारा जीवन सूख बिहावे तों भाव के सुखां दे विच बतीत हुंदा है। सुखां दे सहत उह अपना जीवन बतीत करदे हन, उहनां नूं कोई भी दुख कोई भी गम पोह नहीं सकदा जेड़े अकाल पुरख परमात्मा दा सिमरन करदे हन, अकाल पुरख परमात्मा दी बंदगी करदे हन। प्रभ को सिमरहै तिन आत्म जीता, ते जेड़े अकाल पुरख परमात्मा दा सिमरन करदे हन तिन आत्म जीता, कहिंदे ओ अपने आत्म तों भाव के मन नूं जित लैंदे हन, क्योंकि सब तों कठिन है अपने मन नूं जितना। आत्मा नूं आत्म आखदे हन मन नूं, ते जेड़े अकाल पुरख परमात्मा दा सिमरन करदे हन कहिंदे ओ अपने मन नूं अकाल पुरख परमात्मा दा सिमरन करके जित लैंदे हन, क्योंकि मन वस दे विच आ जावे ना फिर अखां माड़ियां चीज़ां तकण तों गुरेज करदियां हन। मन हथ वस दे विच आ जावे हथ जिहड़े हन उह अपने आप माड़ा कम करन तों रुक जांदे हन, पर मन वस दे विच आ जावे ते सारियां इंद्रियां ही वस दे विच आ जांदियां हन, क्योंकि शरीर रूपी गड्डी नूं चलाउण वाला जिहड़ा ड्राइवर उह है साडा मन। ते कहिंदे जिहड़े अकाल पुरख परमात्मा दा सिमरन करदे हन उहनां दा जिहड़ा मन है वस दे विच आ जांदा है, उह अपने मन नूं जित लैंदे हन। ते रोज़ गुरबाणी विच असीं पढ़दे हाँ मन जीतै जग जीत, जिहड़े मन नूं जित लैंदे हन कहिंदे उहनां ने सारे संसार नूं जित लैणा कीता, क्योंकि मन नूं जितना बड़ा कठिन है। ते सतगुरु साहिब महाराज जी फरमाउंदे हन कि मन नूं जितण दा एक ही जरिया है प्रभ को सिमरै तिन आत्म जीता। जिहड़े अकाल पुरख परमात्मा दा सिमरन करदे हन भाई नाम दी बरकत दे नाल सतगुरु साहिब महाराज जी फरमाउंदे हन कि उह अपने मन नूं जित लैंदे हन, प्रभ को सिमरै तिन निर्मल रीता। ते परमात्मा दा सिमरन करन दे नाल निर्मल आखदे हन पवित्र नूं ते रीता तों भाव के जिहड़ी जीवन दी मर्यादा है, जिहड़ा जीवन दा आचरण है, जिहड़ी जीवन दी रहनी बहनी है, उह निर्मल तों भाव के पवित्र हो जांदी है। भाव जिहड़े अकाल पुरख परमात्मा दा सिमरन करदे हन उहनां दा संसारक पक्ष तों वी जिहड़ा जीवन है उह बड़ा पवित्र हो जांदा है। वो किसे नूं कौड़ा बचन नहीं बोलते, माड़े बचन बोल करके किसे दा हिरदा नहीं दिखाते। उन्हां दा जिहड़ा जीवन दा ढंग है जिहड़ी जीवन की मर्यादा है सतगुरु साहिब महाराज जी फरमाते हैं कि वह भी पवित्र हो जाती है। प्रभ को सिमरै तिन आनंद कनेरे, कनेरे तो भाव के बहुत ज़्यादा, जिस आनंद की कोई सीमा नहीं। प्रभ को सिमरै तिन आनंद कनेरे, जिहड़े अकाल पुरख परमात्मा दा सिमरन करदे हन उहनां नूं बहुत ज़्यादा आनंद की प्राप्ति हुंदी है, क्योंकि असल आनंद ही परमात्मा दे सिमरन दे विच है। पढ़दे हां ना आनंद आनंद सब को कहै, आनंद गुरु ते जाणिया। जिहड़ा असल आनंद सी उह ते गुरु दे कोल आण के पता लगा कि गुरु दे सिमरन दे विच परमात्मा दे सिमरन दे विच ही असल आनंद है। प्रभ को सिमरै बसे हर नेरे, देख लैणा करो सिमरन दीआं कितनीआं बरकतां हन। कहिंदे जिहड़े अकाल पुरख परमात्मा दा सिमरन करदे हन हरी परमात्मा उहनां दे नेड़े ही वसदा है, उहनां तों दूर नहीं। इतिहास ते बहुत लमेरा है, भगत रविदास जी जिहड़े कांसी बनारस दे ही रहण वाले सन, ते देख लैणा करो भगत पीपा जी जदों उहनां दे कोल आए सन, भावें पहलां उह राजा सन, जदों आए ते भगत रविदास जी नूं कहण लगे कि परमात्मा नूं मिलना है, ते भगत रविदास जी दे बचन सन हुणे मिलना है कि बाद विच, भाव उन्होंने बड़े वधिया तरीके नाल बचन कहा कि हुणे मिलना चाहुंदे हो हुणे मिला दिंदे हाँ, क्योंकि परमात्मा उन्हां दे इतना ज़्यादा नज़दीक सी, परमात्मा उन्हां दे कोल वसदा है। ताही तां भगत धन्ना जी ने देख लैणा करो जिहड़ा पंडित
ਭਗਤ ਧੰਨਾ ਜੀ ਨੂੰ ਮੂਰਖ ਬਣਾ ਕਰਕੇ ਪੱਥਰ ਲਪੇਟ ਕਰਕੇ ਦਿੰਦਾ ਹੈ। ਭਗਤ ਧੰਨਾ ਜੀ ਦੇਖ ਲੈਣਾ ਕਰੋ, ਜਦੋਂ ਉਹ ਪੰਡਿਤ ਭਗਤ ਧੰਨਾ ਜੀ ਦੇ ਪਾਸ ਆਉਂਦਾ ਹੈ ਅਤੇ ਪਰਮਾਤਮਾ ਨੂੰ ਆਖਦੇ ਹਨ ਕਿ ਇਹਨਾਂ ਨੂੰ ਵੀ ਦਰਸ਼ਨ ਬਖਸ਼ੋ, ਕਿਉਂਕਿ ਪਰਮਾਤਮਾ ਉਹਨਾਂ ਦੇ ਬਿਲਕੁਲ ਕੋਲ ਵੱਸਦਾ ਹੈ। ਪ੍ਰਭ ਕੋ ਸਿਮਰੈ ਵਸੇ ਹਰ ਨੇੜੇ, ਕਹਿੰਦੇ ਹਰੀ ਪਰਮਾਤਮਾ ਉਹਨਾਂ ਦੇ ਨੇੜੇ ਹੀ ਵੱਸਦਾ ਹੈ, ਉਹਨਾਂ ਦੇ ਕੋਲ ਹੀ ਵੱਸਦਾ ਹੈ। ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਸੰਤ ਕਿਰਪਾ ਤੇ ਅੰਨ ਦਿਨ ਜਾਗ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਕਿ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਅੰਨ ਦਿਨ ਤੋਂ ਭਾਵ ਕਿ ਰਾਤ ਦਿਨ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਦੇ ਵਿੱਚ ਜਾਗ ਤੋਂ ਭਾਵ ਕਿ ਜਾਗਰਤ ਰਹਿੰਦੇ ਹਨ, ਭਾਵ ਸੁਚੇਤ ਹੋ ਕਰਕੇ ਆਲਸ ਨੂੰ ਤਿਆਗ ਕਰਕੇ, ਆਲਸ ਬਿਰਤੀ ਨੂੰ, ਅਗਿਆਨਤਾ ਨੂੰ, ਅਵਿਦਿਆ ਨੂੰ ਤਿਆਗ ਕਰਕੇ, ਸੁਚੇਤ ਹੋ ਕਰਕੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਹਨ। ਨਾਨਕ ਸਿਮਰਨ ਪੂਰੇ ਭਾਗ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਅਖੀਰ ਦੇ ਵਿੱਚ ਕਿਰਪਾ ਕਰਦੇ ਹਨ ਕਿ ਜਿਹੜਾ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਹੈ ਇਹ ਪੂਰੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਅਤੇ ਇਹਦੇ ਵੀ ਦੋ ਪੱਖ ਹਨ, ਨਾਨਕ ਸਿਮਰਨ ਪੂਰੇ ਭਾਗ, ਪੂਰੇ ਭਾਗਾਂ ਦੇ ਨਾਲ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਿਮਰਨ ਕਰਨ ਦੇ ਨਾਲ ਕੀ ਜਿਹੜੇ ਚੰਗੇ ਭਾਗ ਹਨ ਉਹ ਬਣਦੇ ਹਨ। ਸਿਮਰਨ ਕਰਨ ਦੇ ਨਾਲ, ਪਰਮਾਤਮਾ ਦਾ ਨਾਮ ਜਪਣ ਦੇ ਨਾਲ ਕੀ ਚੰਗੇ ਭਾਗ ਬਣਦੇ ਹਨ, ਅਤੇ ਪੂਰੇ ਭਾਗਾਂ ਦੇ ਨਾਲ ਕੀ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਪ੍ਰਾਪਤ ਹੁੰਦਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਉਹਨਾਂ ਦੇ ਪੂਰੇ ਤੋਂ ਭਾਵ ਕਿ ਚੰਗੇ ਭਾਗ ਹਨ, ਵੱਡੇ ਭਾਗ ਹਨ ਜਿਹੜੇ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੇ ਹਨ। ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਅਸੀਂ ਵੀ ਵੱਧ ਤੋਂ ਵੱਧ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰੀਏ, ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ, ਜਿਸ ਕਰਕੇ ਸਾਡੇ ਵੀ ਵੱਡੇ ਭਾਗ ਬਣ ਜਾਣਾ ਕਰਨ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਗੁਰੂ ਕੀਆਂ ਸੰਗਤਾਂ ਨੇ ਮੁਆਫੀ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਣੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।